ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਅਹਿਮ ਮੁੱਦਿਆਂ 'ਤੇ ਵਿਚਾਰਾਂ ਹੋਈਆਂ। ਪਿਛਲੀਆਂ ਸਾਡੀਆਂ ਮੀਟਿੰਗਾਂ ਹੋਈਆਂ ਸੀ 5 ਮਾਰਚ, 1 ਮਾਰਚ ਔਰ 15 ਮਾਰਚ, ਕਿਉਂਕਿ ਉਹਦੇ ਵਿੱਚ ਅਸੀਂ 2 ਰਿਮਾਈਂਡਰ ਭੇਜੇ ਸੀ, ਰਿਮਾਈਂਡਰਾਂ ਦਾ ਸਾਨੂੰ ਕੋਈ ਜਵਾਬ ਨਹੀਂ ਆਇਆ। ਅਤੇ ਉਸ ਤੋਂ ਬਾਅਦ ਕੁਦਰਤੀ ਕਰੋਪੀ ਨੇ ਬਾਰਿਸ਼ ਗੜੇਮਾਰੀ ਝੱਖੜਾਂ ਕਾਰਨ ਵੱਡਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ। ਉਹਦੇ ਸੰਬੰਧ ਵਿੱਚ ਅੱਜ ਵੱਡੀਆਂ ਵਿਚਾਰਾਂ ਕੀਤੀਆਂ ਗਈਆਂ। ਦਾਸ ਗੁਰਿੰਦਰ ਸਿੰਘ ਭੰਗੂ ਮੇਰੇ ਨਾਲ ਨੇ, ਜਗਜੀਤ ਸਿੰਘ ਡੱਲੇਵਾਲ ਸਾਹਿਬ ਅਤੇ ਸੁਖਦੇਵ ਸਿੰਘ ਭੋਜਰਾਜ ਜੀ, ਜਿਨ੍ਹਾਂ ਨੇ ਅੱਜ ਪ੍ਰਧਾਨਗੀ ਮੰਡਲ ਦੀ ਅਗਵਾਈ ਕੀਤੀ। ਡੱਲੇਵਾਲ ਸਾਹਿਬ ਨੇ, ਸੁਖਦੇਵ ਸਿੰਘ ਭੋਜਰਾਜ ਉਹਨਾਂ ਨੇ, ਉਹਨਾਂ ਦੇ ਨਾਲ ਨੇ ਹਰਸ਼ਰਿੰਦਰ ਢਿੱਲੋਂ ਸਾਹਿਬ, ਉਹਨਾਂ ਦੇ ਨਾਲ ਬੈਠੇ ਨੇ ਸਾਡੇ ਇੰਦਰਜੀਤ ਸਿੰਘ ਕੋਟਬੁੱਡਾ ਜੀ, ਸੁਖਜੀਤ ਸਿੰਘ, ਉਹਨਾਂ ਦੇ ਨਾਲ ਬੈਠੇ ਨੇ ਬਲਵਿੰਦਰ ਸਿੰਘ ਬਾਲੀਆ, ਮੇਰੇ ਨਾਲ ਨੇ ਸੁਖਜਿੰਦਰ ਸਿੰਘ ਖੋਸਾ ਜੀ, ਇੱਧਰ ਬੈਠੇ ਨੇ ਰਘਵੀਰ ਸਿੰਘ ਭੰਗਾਲਾ ਜੀ, ਸੁਰਿੰਦਰ ਸਿੰਘ ਮੋਹਾਲੀ ਬੈਠੇ ਨੇ, ਨਾਲ ਬੈਠੇ ਨੇ ਸਤਨਾਮ ਸਿੰਘ ਬਾਗੜੀਆਂ ਜੀ, ਔਰ ਜਿੰਨੀ ਜਥੇਬੰਦੀਆਂ ਸਾਡੇ ਗੈਰ ਰਾਜਨੀਤਿਕ 'ਚ ਕੰਮ ਕਰਦੀਆਂ, ਸਾਰੇ ਆਗੂ ਸਾਹਿਬਾਨ ਸੀਨੀਅਰ ਆਏ ਨੇ ਅੱਜ। ਅਤੇ ਅਗਲੀ ਗੱਲ, ਜਿਹੜਾ ਮੀਟਿੰਗਾਂ 'ਚ ਅਗਲੇ ਫੈਸਲੇ ਲਏ ਗਏ ਨੇ, ਹੁਣ ਮੈਂ ਬੇਨਤੀ ਕਰਾਂਗਾ ਉਹ ਗੱਲ ਤੁਹਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਸਾਹਿਬ ਰੱਖਣਗੇ। ਸਤਿਕਾਰਯੋਗ ਪੱਤਰਕਾਰ ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ 'ਤੇ ਇੱਥੇ ਆ ਕੇ ਸਾਡੀ ਆਵਾਜ਼ ਨੂੰ, ਸਾਡੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਰਕਾਰਾਂ ਤੱਕ ਲੈ ਕੇ ਜਾਣ ਦਾ ਉਪਰਾਲਾ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਪਿਆਰੇ ਦੋਸਤੋ, ਅੱਜ ਜਿਹੜੀ ਅਸੀਂ ਇੱਥੇ ਮੀਟਿੰਗ ਕੀਤੀ ਹੈ, ਅਸੀਂ ਪਿਛਲੀ ਮੀਟਿੰਗ ਦੇ ਵਿੱਚ ਇਹ ਕਹਿ ਕੇ ਗਏ ਸੀਗੇ ਕਿ ਅਸੀਂ ਦੁਬਾਰਾ ਮੀਟਿੰਗ ਕਰਾਂਗੇ। ਜਦੋਂ ਅਸੀਂ ਦੁਬਾਰਾ ਇਹਨਾਂ ਨੂੰ ਰਿਮਾਈਂਡਰ ਦਿੱਤਾ ਸਰਕਾਰ ਨੂੰ, ਤਾਂ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਲਗਾਤਾਰ ਅੰਦੋਲਨਕਾਰੀ ਲੋਕਾਂ ਨੂੰ ਭੰਡਦੀ ਨਿੰਦਦੀ ਆ ਰਹੀ ਹੈ, ਇਹਨਾਂ ਨੂੰ ਅਸੀਂ ਕੋਈ ਗੁੰਜਾਇਸ਼ ਨਹੀਂ ਛੱਡਣੀ ਚਾਹੁੰਦੇ ਸੀ। ਜਿਹਦੇ 'ਚੋਂ ਸਾਡੀ ਕੋਸ਼ਿਸ਼ ਸੀਗੀ ਕਿ ਸਰਕਾਰ ਕੱਲ੍ਹ ਨੂੰ ਇਹ ਨਾ ਕਵੇ ਕਿ ਜੀ ਤੁਸੀਂ ਤਾਂ ਸਾਨੂੰ ਮੌਕਾ ਹੀ ਨਹੀਂ ਦਿੱਤਾ। 2 ਰਿਮਾਈਂਡਰ ਸਾਡੇ ਜਾ ਚੁੱਕੇ ਨੇ ਸਰਕਾਰ ਕੋਲ, ਜਿਹੜੀਆਂ ਸਾਡੀਆਂ ਮੰਗਾਂ 18 ਮਈ ਨੂੰ ਮੰਨੀਆਂ, ਉਸ ਤੋਂ ਬਾਅਦ 24 ਨਵੰਬਰ ਨੂੰ ਸਾਡੇ ਨਾਲ ਟਹਿਣਾ ਟੀ ਪੁਆਇੰਟ 'ਤੇ ਬੈਠ ਕੇ ਸਾਡੇ ਖੇਤੀਬਾੜੀ ਮੰਤਰੀ ਜੀ ਮੀਟਿੰਗ ਕਰਕੇ ਮੰਗ ਮਰਨ ਮਰਤ ਛਡਾ ਕੇ ਆਏ ਨੇ। ਉਹਨਾਂ ਸਾਰੀਆਂ ਮੰਗਾਂ ਦੇ ਸੰਬੰਧ 'ਚ ਅਸੀਂ ਇਹਨਾਂ ਨੂੰ ਵਾਰ ਵਾਰ ਮਤਲਬ ਰਿਮਾਈਂਡਰ ਦੇ ਕੇ ਯਾਦ ਕਰਾ ਰਹੇ ਹਾਂ, ਲੇਕਿਨ ਉਹ ਮੰਗਾਂ ਹਜੇ ਤੱਕ ਵਿੱਚੇ ਲਟਕ ਰਹੀਆਂ, ਉਹਨਾਂ ਮੰਗਾਂ 'ਤੇ ਕਿਤੇ ਕੋਈ ਕਾਰਵਾਈ ਨਜ਼ਰ ਨਹੀਂ ਆ ਰਹੀ। ਇੱਕ ਛਿਟਪੁੱਟ 1-2 ਮੰਗਾਂ ਛੋਟੀਆਂ ਮੋਟੀਆਂ ਜਿਨ੍ਹਾਂ 'ਤੇ ਵਰਕ ਹੋਇਆ, ਬਾਕੀ ਸਭ ਮੰਗਾਂ ਥਾਂ ਪਰ ਥਾਂ ਪਈਆਂ। ਸਭ ਤੋਂ ਵੱਡੀ ਮੰਗ ਆ ਉਹਦੇ 'ਚ ਕਿ ਕਿਸਾਨਾਂ ਦੀ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਜ਼ਮੀਨ ਆ, ਸਰਕਾਰ ਨੇ ਕਿਹਾ ਸੀ ਕਿ ਉਹਨਾਂ ਦੇ ਹੱਕ ਮਾਲਕੀਅਤ ਦੇਵਾਂਗੇ, ਨਹੀਂ ਦਿੱਤੇ ਹਜੇ ਤੱਕ। ਅਗਲੀ ਗੱਲ ਇਹ ਕਹੀ ਸੀ ਕਿ ਅਸੀਂ ਕਿਸਾਨਾਂ ਦਾ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ, ਇਹਨਾਂ ਦੇ ਜਾਨਵਰ ਮਰੇ, ਇਹਨਾਂ ਦੇ ਉਹ ਜਾਨਵਰਾਂ ਦਾ ਵੀ ਮੁਆਵਜ਼ਾ ਅਤੇ ਫਸਲਾਂ ਦਾ ਵੀ ਮੁਆਵਜ਼ਾ, 31 ਮਾਰਚ ਐਂਡ ਡੈਡਲਾਈਨ ਅਸੀਂ ਕਿਸਾਨਾਂ ਨੂੰ ਮਤਲਬ ਉਹਨਾਂ ਦੇ ਖਾਤਿਆਂ 'ਚ ਪਹੁੰਚਾ ਦਿਆਂਗੇ, ਹਜੇ ਤੱਕ ਉਹ ਨਹੀਂ ਪਹੁੰਚਾਇਆ। ਨਾਲ ਦੀ ਨਾਲ ਬਦਕਿਸਮਤੀ ਸਾਡੀ ਲੋਕਾਂ ਦੀ ਕਿ ਬਹੁਤ ਭਾਰੀ ਬਾਰਿਸ਼ ਹੋਈ, ਵੱਡਾ ਨੁਕਸਾਨ ਹੋਇਆ। ਉਸ ਨੁਕਸਾਨ ਦੇ ਚੱਲਦਿਆਂ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦਾ ਐਲਾਨ ਬੜਾ ਸੋਹਣਾ ਹੈ, ਵੇਖਣ ਨੂੰ ਬਹੁਤ ਵੱਡਾ ਐਲਾਨ ਹੈ। ਐਲਾਨ ਕੀਤਾ ਉਹਨਾਂ ਨੇ ਕਿ ਜੀ ਅਸੀਂ ਜਿਹੜੇ ਕਿਸਾਨਾਂ ਦਾ 100% ਨੁਕਸਾਨ ਹੈ, ਉਹਨਾਂ ਨੂੰ 15,000 ਰੁਪਈਆ ਵਿਸਾਖੀ ਦੇ ਤੋਂ ਪਹਿਲਾਂ ਪਹਿਲਾਂ ਦੇ ਦਿਆਂਗੇ, ਇਹ ਸ਼ਬਦ ਨੇ। ਉਸ ਤੋਂ ਘੱਟ ਵਾਲਿਆਂ ਨੂੰ 6500 ਰੁਪਈਆ ਦੇ ਦਿਆਂਗੇ, ਇਸ ਤਰ੍ਹਾਂ ਬੋਲ ਕੇ ਆਏ। ਹੁਣ ਇਹ ਜਿਹੜਾ ਦੇਣ ਦੀ ਗੱਲ ਉਹਨਾਂ ਨੇ ਕੀਤੀ ਹੈ, 1 ਏਕੜ ਨੂੰ 15,000 ਰੁਪਈਆ ਦੇਣ ਦੀ ਗੱਲ ਕੀਤੀ ਆ 100% ਨੁਕਸਾਨ ਵਾਲਿਆਂ ਨੂੰ, ਦੂਸਰਿਆਂ ਨੂੰ 6500 ਰੁਪਈਆ ਦੇਣ ਦੀ ਗੱਲ ਕੀਤੀ ਆ,
ਅਤੇ ਟੋਟਲ ਅਮਾਊਂਟ ਰੱਖੀ ਕਿੰਨੀ ਹੈ ਤੁਹਾਡੇ ਵੀ ਸਾਹਮਣੇ ਆ, ਪ੍ਰੈਸ ਨੂੰ ਸਾਡੇ ਨਾਲ ਵੱਧ ਪਤਾ ਹੈ ਕਿ 11,50,00,000 ਰੁਪਈਆ ਟੋਟਲ ਸਾਨੂੰ ਮੁਆਵਜ਼ੇ ਵਾਸਤੇ ਅਮਾਊਂਟ ਰੱਖੀ ਹੈ। ਔਰ ਅੱਜ ਪੰਜਾਬ ਦੇ ਜਿਹੜੇ ਪਿੰਡ ਨੇ, ਟੋਟਲ ਪਿੰਡਾਂ ਦੇ ਵਿੱਚ ਪੰਜਾਬ ਦਾ ਕੋਈ ਖਿੱਤਾ ਇਹੋ ਜਿਹਾ ਨਹੀਂ ਹੈ ਜਿਹੜਾ ਇਹਦੇ ਤੋਂ ਪ੍ਰਭਾਵਿਤ ਨਹੀਂ। ਸਾਰਾ ਪੰਜਾਬ ਪ੍ਰਭਾਵਿਤ ਹੈ। ਸਾਰਾ ਪੰਜਾਬ ਪ੍ਰਭਾਵਿਤ ਹੋਣ ਦੇ ਕਾਰਨ ਇਹ ਜਿਹੜੀ ਅਮਾਊਂਟ ਨੂੰ ਜੇਕਰ ਗਿਣ ਲਿਆ ਜਾਏ, ਇੱਕ ਪਿੰਡ ਨੂੰ ਕੇਵਲ 9,000 ਰੁਪਈਆ ਇਹ ਆਉਂਦਾ ਹੈ। ਇਸ 9,000 ਰੁਪਇਆ, ਇੱਕ ਪਾਸੇ ਮੁੱਖ ਮੰਤਰੀ ਜੀ ਕਹਿ ਰਹੇ ਨੇ ਕਿ ਅਸੀਂ ਇੱਕ ਇੱਕ ਕਿੱਲੇ ਦਾ ਮੁਆਵਜ਼ਾ ਉਹ 15,000 ਅਤੇ 6,500 ਦੇਣਾ। ਦੂਜੇ ਪਾਸੇ ਜਿਹੜੀ ਇਹਨਾਂ ਨੇ ਅੰਕੜਾ ਰੱਖਿਆ, ਅਮਾਊਂਟ ਰੱਖੀ ਹੈ, ਉਹਦੇ 'ਚੋਂ ਕੇਵਲ ਇੱਕ ਪਿੰਡ ਨੂੰ 9,000, ਇੱਕ ਘਰ ਨੂੰ ਵੀ, ਇੱਕ ਕਿੱਲੇ ਦੇ ਵੀ ਪੂਰੇ ਪੈਸੇ ਨਹੀਂ ਆਉਂਦੇ ਨਜ਼ਰ ਆ ਰਹੇ। ਤੋ ਇਹ ਕੈਸਾ ਡਰਾਮੇਬਾਜ਼ੀ ਹੈ। ਇਸ ਗੱਲ ਨੂੰ ਅਸੀਂ ਅੱਜ ਬੜਾ ਸੀਰੀਅਸਲੀ ਇੱਥੇ ਵਿਚਾਰਿਆ। ਦੂਜੀ ਗੱਲ ਨਾਲ ਇੱਕ ਹੋਰ ਮਾਰ ਹੈ ਕਿ ਅਸੀਂ ਲੋਕਾਂ ਨੇ ਦਿੱਲੀ ਦੇ ਵਿੱਚ, ਆਪਾਂ ਸਾਰਿਆਂ ਨੇ ਲੜਾਈ ਲੜੀ ਹੈ ਕਿਸ ਗੱਲ ਦੀ ਕਿ ਸਾਡੀ ਮੰਡੀ ਬਚਣੀ ਚਾਹੀਦੀ ਆ, ਸਾਡੀਆਂ ਮੰਡੀਆਂ ਨਹੀਂ ਉੱਜੜਨੀਆਂ ਚਾਹੀਦੀਆਂ, ਸਰਕਾਰੀ ਮੰਡੀ ਦੇ ਪੈਰਲਰ ਕਿਸੇ ਕੀਮਤ ਦੇ ਉੱਤੇ ਪ੍ਰਾਈਵੇਟ ਮੰਡੀ ਨਹੀਂ ਆਉਣੀ ਚਾਹੀਦੀ। ਹੁਣ ਕੀ ਕੀਤਾ ਜੀ ਇਹਨਾਂ ਨੇ, ਸਾਡੇ ਪੰਜਾਬ ਦੇ ਵਿੱਚ 8 ਸੈਲੋਜ਼ ਨੂੰ ਇਹ ਕਹਿਤਾ ਕਿ ਇਹ ਵੀ ਮੰਡੀਆਂ ਹੈ, 8 ਸੈਲੋਜ਼ ਨੂੰ ਮੰਡੀ ਘੋਸ਼ਿਤ ਕਰ ਦਿੱਤਾ ਗਿਆ, ਉਹਨਾਂ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ। ਜਦੋਂ ਕਿ ਪਿਛਲੀ ਲੜਾਈ ਜਦੋਂ ਅਸੀਂ ਲੜ ਰਹੇ ਸੀ 18 ਮਈ ਨੂੰ, ਮਾਣਯੋਗ ਮੁੱਖ ਮੰਤਰੀ ਜੀ ਇਹ ਮੰਨੇ ਨੇ ਕਿ ਇਹ ਜਿਹੜਾ ਸੈਲੋ ਹੈ, ਇਹ ਸੈਲੋ ਨੂੰ ਅਸੀਂ ਬੰਦ ਕਰਾਵਾਂਗੇ, ਕਤਈ ਅਸੀਂ ਇੱਥੇ ਮੰਡੀ ਦੁਬਾਰਾ ਨਹੀਂ ਚੱਲਣ ਦਿਆਂਗੇ। ਔਰ ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ, ਇੱਕ ਸੈਲੋ ਦੇ ਵਿੱਚ ਪਿਛਲੀ ਵਾਰੀ ਡਕਰੂ ਵਾਲੇ ਸੈਲੋ ਦੇ ਕਾਰਨ, ਇਕੱਲੇ ਡਕਰੂ ਵਾਲੇ ਦੇ ਕਾਰਨ ਲਗਭਗ 36 ਮੰਡੀਆਂ ਸਾਡੇ ਜਿਹੜੀਆਂ ਰਿਕਾਰਡ 'ਚ ਨੇ ਉਹ ਪੰਜਾਬ ਦੇ ਉਸ ਏਰੀਏ ਦੀਆਂ ਬੰਦ ਹੋਈਆਂ। ਅਤੇ ਜੇ 36 ਮੰਡੀਆਂ ਉਹਨੇ ਬੰਦ ਕੀਤੀਆਂ ਤਾਂ ਜੇਕਰ ਸਾਰੇ ਦੇ ਸਾਰੇ ਚੱਲ ਪਏ ਤਾਂ ਸਾਡਾ ਮੰਡੀ ਸਿਸਟਮ ਦਾ ਕੀ ਹਾਲ ਹੋਏਗਾ। ਸੋ ਇਸ ਕਰਕੇ ਇਹ ਜਿਹੜੀ ਲੜਾਈ ਅਸੀਂ ਮੰਡੀ ਨੂੰ ਜਿਉਂਦਿਆਂ ਰੱਖਣ ਦੇ ਲਈ ਉੱਥੇ ਲੜ ਕੇ ਆਏ ਹਾਂ, ਉਸ ਲੜਾਈ ਨੂੰ ਦਰਕਿਨਾਰ ਕਰਕੇ ਸਾਡੀ ਪੰਜਾਬ ਗੌਰਮੈਂਟ ਇੱਥੇ ਉਹਨੂੰ ਮੁੜ ਦੁਬਾਰਾ ਲਾਗੂ ਕਰ ਰਹੀ ਹੈ, ਉਹਨਾਂ ਕਾਨੂੰਨਾਂ ਨੂੰ ਵਿੰਗੇ ਟੇਢੇ ਢੰਗ ਦੇ ਨਾਲ, ਜਿਹਦਾ ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਹਾਂ, ਨਿਖੇਧੀ ਕਰਦੇ ਹਾਂ। ਔਰ ਤੁਹਾਡੇ ਅੱਜ ਦੇ ਪ੍ਰੈਸ ਦੇ ਮਾਧਿਅਮ ਤੋਂ ਇਹਦੀ ਮੰਗ ਕਰਦੇ ਹਾਂ ਕਿ ਇਹਨੂੰ ਤੁਰੰਤ ਸਰਕਾਰ ਇਸ ਨੋਟੀਫਿਕੇਸ਼ਨ ਨੂੰ ਰੱਦ ਕਰੇ। ਔਰ ਇਹਨਾਂ ਜੇ ਕਿਸੇ ਨੇ ਉਹਨਾਂ ਨੇ ਫਸਲ ਖਰੀਦਣੀ ਹੈ, ਅਨਾਜ ਖਰੀਦਣਾ, ਖਰੀਦਣ, ਬੜੀ ਖੁਸ਼ੀ ਨਾਲ ਖਰੀਦਣ, ਪਰ ਖਰੀਦਣ ਕਿੱਥੋਂ? ਸਾਡੀਆਂ ਮੰਡੀਆਂ 'ਚੋਂ, ਤਾਂ ਕਿ ਸਾਡੀ ਲੇਬਰ ਆ ਜਿਹੜੀ ਉੱਥੇ ਜਿਹੜੀ ਰੋਟੀ ਕਮਾ ਰਹੀ ਹੈ, ਉਹ ਲੇਬਰ ਦਾ ਵੀ ਰੋਟੀ ਦਾ ਜ਼ਰੀਆ ਜਿਹੜਾ ਕਾਇਮ ਰਹੇ ਅਤੇ ਨਾਲ ਦੀ ਨਾਲ ਸਾਡੀਆਂ ਮੰਡੀਆਂ ਵੀ ਬਚੀਆਂ ਰਹਿਣ। ਇਹਦੇ 'ਤੇ ਸਾਡਾ ਔਰ ਇਹਦੇ ਇਹਨੇ ਸੰਬੰਧ 'ਚ ਅਸੀਂ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ 15 ਅਪ੍ਰੈਲ ਨੂੰ ਦੋ ਮੰਤਰੀ ਜਿਹੜੇ ਇਹਦੇ ਨਾਲ ਰਿਲੇਟਡ ਨੇ, ਐਗਰੀਕਲਚਰ ਮਿਨਿਸਟਰ ਸਾਡੇ ਕੁਲਦੀਪ ਸਿੰਘ ਧਾਲੀਵਾਲ ਜੀ ਔਰ ਨਾਲ ਹੀ ਲਾਲ ਚੰਦ ਕਟਾਰੂ ਚੱਕ ਜੀ, ਇਹ ਦੋਨੋਂ ਇਹਦੇ ਨਾਲ ਸੰਬੰਧਿਤ ਨੇ। ਇਹਨਾਂ ਦੋਹਾਂ ਨੂੰ ਇਹਨਾਂ ਦੇ ਬਾਰ ਦੇ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਲਿਜਾ ਕੇ ਮੰਗ ਪੱਤਰ ਦੇਵਾਂਗੇ ਕਿ ਸਰਕਾਰ ਇਹਦੇ ਤੋਂ ਵਾਪਸ ਆਵੇ, ਪਿੱਛੇ ਹਟੇ। ਜਿਹੜਾ ਮੁਆਵਜ਼ਾ ਦੇਣ ਦੀ ਗੱਲ ਆ ਕਿ ਸਰਕਾਰ ਇਮਾਨਦਾਰ ਹੋ ਕੇ ਮੁਆਵਜ਼ਾ ਦੇਵੇ, ਇੱਕ ਇੱਕ ਇਹ ਜਿਹੜੀ ਡਰਾਮੇਬਾਜ਼ੀ ਹੈ ਬੰਦ ਕਰੇ ਸਰਕਾਰ। ਜਦੋਂ ਕਿ ਬਹੁਤ ਗੱਲਾਂ ਸਾਹਮਣੇ ਆ ਰਹੀਆਂ, ਖੇਤੀਬਾੜੀ ਮੰਤਰੀ ਜੀ ਆਪ ਜਾ ਕੇ ਖੇਤਾਂ ਦੇ ਵਿੱਚ ਵੇਖ ਰਹੇ ਨੇ ਔਰ ਕਹਿ ਰਹੇ ਨੇ ਕਿ ਮੁਆਵਜ਼ਾ ਤਾਂ ਜ਼ਿਆਦਾ ਮਿਲਣਾ ਚਾਹੀਦਾ, ਨੁਕਸਾਨ ਜ਼ਿਆਦਾ ਹੋਇਆ। ਇਹਦਾ ਮਤਲਬ ਸਾਡੇ ਕਹਿਣ ਦੀ ਲੋੜ ਨਹੀਂ ਰਹੀ, ਜਿਹਨੂੰ ਉਹਨਾਂ ਨੇ ਖੁਦ ਜਾ ਕੇ ਸਰਕਾਰ ਨੇ ਵੇਖ ਲਿਆ ਤਾਂ ਫਿਰ ਸਾਡੇ ਕਹਿਣ ਦੀ ਤਾਂ ਕੋਈ ਤੁੱਕ ਨਹੀਂ ਬਣਦੀ ਹੁਣ ਇਹਦੇ 'ਚ। ਸਾਰੇ ਪੰਜਾਬ ਦਾ ਨੁਕਸਾਨ ਇਸੇ ਹਾਲਤ ਦੇ ਵਿੱਚ ਹੈ ਔਰ ਇਹਦੇ ਲਈ ਉਹਨਾਂ ਨੂੰ ਕਰਨਾ ਚਾਹੀਦਾ। ਇਹਦੇ ਪ੍ਰਤੀ ਅਸੀਂ
ਮੀਟਿੰਗਾਂ ਦਾ ਮਤਲਬ ਇੱਕ ਰੱਖੀਆਂ ਹੈ ਕਿ ਜਿਹੜੇ ਜਿਹੜੇ ਖੇਤਰ ਦੇ ਵਿੱਚ ਜਿੱਥੇ ਜਿੱਥੇ ਜਾ ਕੇ ਕਿਹੜੇ ਕਿਹੜੀਆਂ ਜਥੇਬੰਦੀਆਂ ਜਾ ਕੇ ਕਟਾਰੂ ਚੱਕ ਜੀ ਨੂੰ ਮੰਗ ਪੱਤਰ ਦੇਣਗੀਆਂ ਔਰ ਕਿਹੜੀਆਂ ਜਥੇਬੰਦੀਆਂ ਜਾ ਕੇ ਜਿਹੜੇ ਜਿਹੜੇ ਇਲਾਕੇ ਜਿਹੜੇ ਜਿਹੜੇ ਜ਼ਿਲ੍ਹੇ ਨੇ ਉਹ ਜਾ ਕੇ ਸਾਡੇ ਧਾਲੀਵਾਲ ਜੀ ਨੂੰ ਮੰਗ ਪੱਤਰ ਦੇਣਗੇ। ਉਹਨਾਂ ਦੀਆਂ ਮੀਟਿੰਗਾਂ ਹੋਣਗੀਆਂ 12 ਅਪ੍ਰੈਲ ਨੂੰ। ਜਿਵੇਂ 12 ਅਪ੍ਰੈਲ ਵਾਲੀ ਮੀਟਿੰਗ ਦਾ ਅਸੀਂ ਸਮਾਂ ਰੱਖਿਆ 11 ਵਜੇ ਬਾਬਾ ਨੋਦ ਸਿੰਘ ਦੀ ਸਮਾਧ ਪਟਿਆ ਆਪਣਾ ਅੰਮ੍ਰਿਤਸਰ ਸਾਹਿਬ ਦੇ ਵਿੱਚ, ਔਰ ਦੂਸਰਾ ਜਿਹੜਾ ਉਹ ਗੁਰਦਾਸਪੁਰ ਮੀਟਿੰਗ ਉਸੇ ਦਿਨ ਹੀ 12 ਤਰੀਕ ਨੂੰ ਹੀ ਉਹ ਜਥੇਬੰਦੀਆਂ ਰਿਲੇਟਡ ਜਥੇਬੰਦੀਆਂ ਇੱਥੇ ਬੈਠੀਆਂ ਨੇ ਉਹਨਾਂ ਨਾਲ ਗੱਲਬਾਤ ਹੋ ਗਈ, ਤੈਅ ਹੋ ਗਈ। ਉਹ ਉੱਥੇ ਮੀਟਿੰਗ ਕਰਕੇ ਕਿਵੇਂ ਕਿਵੇਂ ਡਿਊਟੀ ਨਿਭਾਉਣੀ ਹੈ, ਕਿਵੇਂ ਕਿਵੇਂ ਬੰਦੇ ਲੈ ਕੇ ਜਾਣੇ ਆ, ਉਹ ਉੱਥੇ ਕਰ ਲੈਣਗੀਆਂ। ਇਹ ਪ੍ਰੋਗਰਾਮ ਉਲੀਕਿਆ ਗਿਆ। ਬਾਕੀ ਜਿਹੜੀ ਵੱਡੀ ਗੱਲ ਤੁਹਾਡੇ ਨਾਲ ਮੈਂ ਇੱਕ ਸਾਂਝੀ ਜ਼ਰੂਰੀ ਆ ਕਰਨੀ ਕਿ ਦੇਖੋ ਦੋਸਤੋ, ਕੋਆਪਰੇਟਿਵ ਅੱਜ ਕਿਸਾਨਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਫਸਲਾਂ ਦਾ। ਅਸੀਂ ਸਰਕਾਰ ਤੋਂ ਪਿਛਲੀ ਵਾਰੀ ਵੀ ਮੰਗ ਕੀਤੀ ਸੀ ਕਿ ਕਿਸਾਨਾਂ ਦੀ 20% ਕਣਕ ਦਾ ਝਾੜ ਘਟਿਆ ਪਿਛਲੀ ਵਾਰੀ ਗਰਮੀ ਪੈਣ ਕਰਕੇ, ਐਤਕੀ ਗੜੇ ਪੈਣ ਕਰਕੇ, ਬਾਰਿਸ਼ਾਂ ਪੈਣ ਕਰਕੇ। ਐਤਕੀ ਤਾਂ ਮਤਲਬ ਲਗਭਗ ਪੂਰੇ ਓਵਰਆਲ ਪੰਜਾਬ ਲਗਭਗ 50% ਦੇ ਕਰੀਬ ਲੋਕਾਂ ਦਾ ਮਤਲਬ ਉਤਪਾਦਨ ਘਟਣਾ ਹੈ। ਸਰਕਾਰ ਕੇਂਦਰ ਸਰਕਾਰ ਵੱਲੋਂ ਖਬਰਾਂ ਵੀ ਜਿਹੜੀਆਂ ਕੇਂਦਰ ਸਰਕਾਰ ਜੋ ਜਾਂ ਕੁਛ ਕਰ ਰਹੀ ਹੈ ਉਹ ਖਬਰਾਂ ਵੀ ਦੱਸ ਰਹੀਆਂ ਕਿ ਹੁਣ ਚਿੰਤਾ ਹੋਈ ਹੈ ਉਹਨਾਂ ਨੂੰ ਵੀ। ਅੱਜ ਉਹਨਾਂ ਨੂੰ ਵੀ ਚਿੰਤਾ ਹੋਈ ਹੈ ਕਿ ਪੰਜਾਬ ਦਾ ਅਨਾਜ ਅਸੀਂ ਸਿੱਧਾ ਖਰੀਦ ਕੇ ਵੱਖ ਵੱਖ ਸਟੇਟਾਂ ਨੂੰ ਭੇਜਾਂਗੇ, ਜੋ ਕਹਿ ਰਹੇ ਨੇ ਅੱਜ ਪੰਜਾਬ ਯਾਦ ਆ ਰਿਹਾ ਉਹਨਾਂ ਦੇ। ਤੋ ਉਹ ਜਿਹੜੀ ਗੱਲ ਹੈ ਕਿ ਜੇ ਅੱਜ ਉਹਨਾਂ ਨੂੰ ਪਤਾ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਫਸਲਾਂ ਦਾ ਨੁਕਸਾਨ ਪੰਜਾਬ ਦੇ ਵਿੱਚ ਕਿਸਾਨਾਂ ਦਾ ਹੋਇਆ ਹੈ, ਔਰ ਉਹ ਜਿਹੜਾ ਨੁਕਸਾਨ ਹੋਇਆ ਹੈ ਉਸ ਨੁਕਸਾਨ ਦਾ ਮੁਆਵਜ਼ਾ ਪਿਛਲਾ ਵੀ ਕਿਸਾਨਾਂ ਦਾ ਖੜ੍ਹਾ ਔਰ ਨਵਾਂ ਉੱਪਰ ਫੇਰ ਹੋ ਗਿਆ। ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਣ ਦੇ ਲਈ ਸਰਕਾਰ ਅਗਾਂਹ ਵਧੇ ਅਤੇ ਪਹਿਲ ਦੇ ਆਧਾਰ ਦੇ ਉੱਤੇ ਪਿਛਲੀ ਵਾਰੀ ਕਿਹਾ ਸੀ ਸਰਕਾਰ ਨੇ ਕਿ ਅਸੀਂ ਬੈਂਕਾਂ ਦਾ ਜਿਹੜਾ ਕਰਜ਼ਾ ਹੈ ਉਹਦਾ ਜਿਹੜਾ ਵਿਆਜ ਉਹ ਘੱਟੋ ਘੱਟ ਵਿਆਜ ਮਾਫ਼ ਕਰਵਾਵਾਂਗੇ, ਪਰ ਐਤਕੀ ਤਾਂ ਕਿਸਾਨ ਮੈਨੂੰ ਲੱਗਦਾ ਬੈਂਕਾਂ ਤਾਰਨ ਦੇ ਵੀ ਸਮਰੱਥ ਨਹੀਂ ਰਹਿਣਗੇ। ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਤੁਰੰਤ ਸਾਰੀਆਂ ਬੈਂਕਾਂ ਸਮੇਤ ਕੋਆਪਰੇਟਿਵ ਅਤੇ ਸਮੇਤ ਲੈਂਡ ਮੋਰਗੇਜ, ਇਹ ਕੋਆਪਰੇਟਿਵ ਲੈਂਡ ਮੋਰਗੇਜ ਨੂੰ ਬਾਹਰ ਰੱਖ ਲੈਂਦੇ ਨੇ ਅਤੇ ਜਿਹੜੀ ਲੈਂਡ ਮੋਰਗੇਜ ਆ ਸਾਡੇ 'ਤੇ ਕੁਹਾੜਾ ਉਵੇਂ ਢਾਈ ਰੱਖਦੀ ਹੈ, ਔਰ ਉਹ ਬੈਂਕਾਂ ਸਾਡੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ, ਉਹਨਾਂ ਦੇ ਖਿਲਾਫ਼ ਮੁਕੱਦਮੇ ਲਾਈ ਬੈਠੀਆਂ। ਇਦੋਂ ਵੀ ਗਾਹਾਂ ਸਾਰੀਆਂ ਬੈਂਕਾਂ ਕਿਸਾਨਾਂ ਦੇ ਕੋਲੋਂ ਚੈੱਕ ਲੈ ਕੇ ਰੱਖੀ ਬੈਠੀਆਂ। ਹੁਣ ਜਿਹੜੀ ਬੈਂਕ ਨੂੰ ਪਤਾ ਵੀ ਤੁਹਾਡੇ ਤੋਂ ਕਰਜ਼ਾ ਚੱਕਿਆ ਕਿਸਾਨ ਨੇ, ਉਹਦੇ ਕੋਲ ਕਿੱਥੋਂ ਕਿੱਧਰੋਂ ਪੈਸੇ ਆਉਣਗੇ ਜਿਹੜਾ ਤੁਹਾਨੂੰ ਚੈੱਕ ਦੇ ਥਰੂ ਪੈਸੇ ਦੇਗਾ, ਅਤੇ ਬਾਅਦ ਦੇ ਵਿੱਚ ਉਹੀ ਜਿਹੜਾ ਲੈ ਕੇ ਲਾਇਆ ਹੋਇਆ ਚੈੱਕ ਹੈ ਬਲੈਕਮੇਲ ਕਰਦੇ ਆ ਕਿਸਾਨਾਂ ਨੂੰ, ਔਰ ਉਸ ਚੈੱਕ ਨੂੰ ਲਾ ਕੇ ਅੱਗੋਂ ਉਹ ਚੈੱਕ ਰਿਫਿਊਜ਼ ਹੋ ਜਾਂਦਾ, ਜਵਾਬ ਮਿਲ ਜਾਂਦਾ, ਤਾਂ ਫਿਰ ਉਹਨੂੰ ਕੋਰਟ ਦੇ ਵਿੱਚ ਕਿਸਾਨ ਨੂੰ ਪਰੇਸ਼ਾਨ ਕਰਕੇ ਉਹਨੂੰ 420 ਦਾ ਮੁਕੱਦਮਾ ਬਣਾ ਕੇ ਉਹਨੂੰ ਜੇਲ੍ਹ ਸਿੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੈਂਕਾਂ ਵੱਲੋਂ। ਸੋ ਸਾਡਾ ਇਹਦੇ ਖਿਲਾਫ਼ ਇਹ ਸਾਰਾ ਅੱਜ ਦਾ ਪ੍ਰੋਗਰਾਮ ਹੈ। ਇੱਕ ਗੱਲ ਆ ਜਿਹੜਾ ਸਾਡਾ ਰਹਿ ਗਿਆ ਸੀ ਤੁਹਾਡੇ ਧਿਆਨ 'ਚ ਲਿਆਵਾਂ ਮੈਂ ਕਿ ਅਸੀਂ ਰਿਮਾਈਂਡਰ ਦਿੱਤੇ ਨੇ, ਸਰਕਾਰ ਦੀ ਕੋਈ ਸੁਣਵਾਈ ਨਹੀਂ, ਕੋਈ ਜਵਾਬ ਨਹੀਂ ਰਿਮਾਈਂਡਰਾਂ ਦਾ। ਉਹਦੇ ਸੰਬੰਧ 'ਚ ਅਸੀਂ ਦੁਬਾਰਾ 21 ਅਪ੍ਰੈਲ ਦੀ ਮੀਟਿੰਗ ਸੱਦੀ ਹੈ, ਇਸੇ ਥਾਂ 'ਤੇ ਇਸੇ ਜਗ੍ਹਾ 'ਤੇ ਹੋਏਗੀ। ਅਸੀਂ ਕੀ ਕਰਨਾ ਹੈ ਉਹ ਅਸੀਂ ਕਿਸਾਨਾਂ ਨੂੰ ਥੋੜ੍ਹਾ ਜਿਹਾ ਕੰਮ ਤੋਂ ਵਿਹਲੇ ਹੋ ਜਾਣਗੇ, ਉਸ ਤੋਂ ਬਾਅਦ ਅਸੀਂ ਜਲੰਧਰ ਜਾਂ ਚੰਡੀਗੜ੍ਹ, ਇਹ ਡੇਟ ਵੀ ਅਸੀਂ 21 ਤਰੀਕ ਨੂੰ ਤੁਹਾਡੇ ਰੂਬਰੂ ਕਰ ਦਿਆਂਗੇ, ਔਰ ਕਿੱਥੇ ਕਰਨਾ ਕੀ ਕਰਨਾ ਇਹ ਵੀ ਤੁਹਾਡੇ ਰੂਬਰੂ ਉਸ ਦਿਨ ਅਸੀਂ ਕਰ ਦਿਆਂਗੇ।
ਇਹ ਹਜੇ ਅਸੀਂ ਆਪਦੀ ਸਾਡੀ ਗੱਲ ਅੰਦਰ ਹੈ, ਅਸੀਂ ਅਜੇ ਡਿਸਕਸ ਕਰ ਰਹੇ ਹਾਂ ਕਿ ਇਹਨੂੰ ਕਿੱਥੇ ਕਰਨਾ ਚਾਹੀਦਾ ਹੈ। ਉਹ ਅਸੀਂ ਆਪਦੀਆਂ ਆਪਦੀਆਂ ਜਥੇਬੰਦੀਆਂ ਦੇ ਵਿੱਚੋਂ ਵੀ ਥੱਲਿਓਂ ਵਿਚਾਰ ਕੇ ਵਾਚ ਕੇ ਲੈ ਕੇ ਆਵਾਂਗੇ। ਔਰ ਇਹ ਕਲੀਅਰ ਹੈ ਕਿ ਹੋਏਗਾ, ਟਰੈਕਟਰ ਟਰਾਲੀਆਂ ਦੇ ਨਾਲ ਪੱਕਾ ਮੋਰਚਾ ਲੱਗੇਗਾ, ਉਹ ਕਿਤੇ ਵੀ ਲੱਗ ਸਕਦਾ ਹੈ। ਔਰ ਉੱਥੋਂ ਹੀ ਮੋਰਚਾ ਦੁਬਾਰਾ ਚੱਕਾਂਗੇ ਜਿਸ ਤਰੀਕੇ ਦੇ ਨਾਲ ਸਾਡਾ ਟਹਿਣਾ ਟੀ ਪੁਆਇੰਟ ਤੋਂ ਸਾਡੇ ਮਾਣਯੋਗ ਖੇਤੀਬਾੜੀ ਮੰਤਰੀ ਜੀ ਚੁਕਵਾ ਕੇ ਆਏ ਸੀ, ਉਹਨਾਂ ਮੰਗਾਂ ਨੂੰ ਲੈ ਕੇ ਦੁਬਾਰਾ ਮੋਰਚਾ ਲਾਵਾਂਗੇ। ਨਹੀਂ, 21 ਅਪ੍ਰੈਲ ਨੂੰ ਸਾਡੀ ਮੀਟਿੰਗ ਹੈ ਮੋਰਚਾ ਦੀ, ਉਦੋਂ 21 ਅਪ੍ਰੈਲ ਨੂੰ ਅਸੀਂ ਡੇਟ ਦੇ ਦਿਆਂਗੇ ਤੁਹਾਨੂੰ ਕਿ ਕਿੰਨੀ ਤਰੀਕ ਨੂੰ ਅਸੀਂ ਕਰਦੇ ਹਾਂ ਦੁਬਾਰਾ। ਮੋਹਾਲੀ 2 ਪੁਆਇੰਟ ਅਸੀਂ ਤੁਹਾਡੇ ਤੁਹਾਨੂੰ ਦੱਸੇ ਨੇ, ਇਹ ਦੱਸਾਂਗੇ ਕਿ ਮੋਹਾਲੀ ਵੀ ਲੱਗ ਸਕਦਾ ਹੈ। ਮੋਹਾਲੀ ਕੋਈ ਜ਼ਰੂਰੀ ਨਹੀਂ, ਚੰਡੀਗੜ੍ਹ ਹੈ ਸਾਡਾ, ਸਾਡਾ ਟਾਰਗੇਟ ਚੰਡੀਗੜ੍ਹ ਹੈ ਅਤੇ ਸਾਡਾ ਟਾਰਗੇਟ ਜਲੰਧਰ ਹੈ, ਇਹ ਕੋਈ ਵੀ ਹੋ ਸਕਦਾ ਹੈ। ਅਤੇ ਇੱਕ ਮਿੰਟ, ਮੈਂ ਜਿਹੜੀ ਮੈਂ ਤੁਹਾਡੇ ਹਜੇ ਸਾਡੇ ਤੁਸੀਂ ਕੁਐਸਚਨ ਹਜੇ ਬਾਅਦ 'ਚ ਕਰ ਲਿਓ, ਸਾਡੇ ਦੋ ਸਾਡੇ ਪ੍ਰੈਜ਼ੀਡੈਂਟ ਨੇ ਨਾਲ ਮੇਰੇ ਸਾਥੀ, ਬਾਕੀ ਦੀ ਗੱਲਬਾਤ ਅਗਲੀ ਗੱਲ ਸੁਖਦੇਵ ਸਿੰਘ ਭੋਜਰਾਜ। ਹਾਂਜੀ ਪੱਤਰਕਾਰ ਸਾਹਿਬਾਨ ਜੀ, ਉਹ ਦੇਖੋ ਗੱਲ ਹੋ ਰਹੀ ਹੈ ਸਰਕਾਰਾਂ ਦੀਆਂ ਨੀਤੀਆਂ ਦੀ ਅਤੇ ਨੀਤਾਂ ਦੀ ਗੱਲ, ਜਿਵੇਂ ਸਾਈਲੋ ਪਲਾਟਾਂ ਨੂੰ ਸਰਕਾਰੀ ਮੰਡੀ ਘੋਸ਼ਿਤ ਕਰਨ ਦੀ ਕੀਤੀ ਗਈ ਹੈ। ਇਹ ਉਸ ਵੇਲੇ ਪਾਰਟੀ ਜਿਹੜੀ ਹੈ 3 ਕਾਲੇ ਕਾਨੂੰਨਾਂ ਦੇ ਵਿਰੁੱਧ ਸੀਗੀ, ਠੀਕ ਹੈ। ਕਿਸਾਨਾਂ ਨੇ ਔਰ ਪੰਜਾਬੀਆਂ ਨੇ ਵੱਡਾ ਸੰਘਰਸ਼ ਲੜਿਆ, ਔਰ ਇਹ ਬਹੁਤ ਵੱਡੀ ਬਦਨੀਤੀ ਹੈ ਪੰਜਾਬ ਸਰਕਾਰ ਦੀ। ਜਿਵੇਂ ਪ੍ਰਧਾਨ ਸਾਹਿਬ ਪਹਿਲਾਂ ਦੱਸ ਚੁੱਕੇ ਨੇ ਕਿ 36 ਮੰਡੀਆਂ ਪਿਛਲੇ ਸਾਲ ਡਗਰੂ ਸਾਈਲੋ ਪਲਾਂਟ ਦੀ ਵਜ੍ਹਾ ਕਾਰਨ ਬੰਦ ਰਹੀਆਂ, ਔਰ ਐਤਕੀ ਵੀ ਇਹਨਾਂ ਨੇ ਸਿਰਫ ਐਲਾਨ ਹੀ ਨਹੀਂ ਕੀਤਾ, ਇਹਨਾਂ ਨੇ ਇਹਨਾਂ ਸਾਈਲੋਜ ਦੇ ਚਫੇਰੇ ਜਿਹੜੀਆਂ ਮੰਡੀਆਂ ਪੈਂਦੀਆਂ ਨੇ ਉਹਨਾਂ ਆੜ੍ਹਤੀਆਂ ਦੇ ਨਾਲ ਇਹਨਾਂ ਦੇ ਡਿਪਟੀ ਕਮਿਸ਼ਨਰਾਂ ਨੇ ਜਿਹੜੀਆਂ ਨੇ ਮੀਟਿੰਗਾਂ ਕਰਕੇ ਅਤੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਇਹ ਮੰਡੀਆਂ ਜਿਹੜੀਆਂ ਨੇ ਖੁੱਲ੍ਹ ਕੇ ਨਾ ਜਾਣ। ਸੋ ਇਹਦੇ ਨਾਲ ਹਜ਼ਾਰਾਂ ਮਜ਼ਦੂਰਾਂ ਆੜ੍ਹਤੀਆਂ ਦਾ ਜਿਹੜਾ ਉਹ ਭਵਿੱਖ ਖਤਰੇ ਵਿੱਚ ਹੈ, ਅਤੇ ਵੱਡੀ ਗੱਲ ਇਹਨਾਂ ਦੀਆਂ ਬਦਨੀਤੀਆਂ ਦੀ ਹੈ ਕਿ ਜਿਨ੍ਹਾਂ ਦੇ ਖਿਲਾਫ਼ ਪਹਿਲਾਂ ਅਸੀਂ ਲੜਦੇ ਰਹੇ ਹਾਂ, ਉਹਦੇ ਲਈ ਹੀ ਇਹਨਾਂ ਨੇ ਹੁਣ ਇਹ ਕਿਸਾਨਾਂ ਨੂੰ ਉਸੇ ਦਲਦਲ ਦੇ ਵਿੱਚ ਫਿਰ ਇਹ ਧੱਕਣ ਜਾ ਰਹੇ ਨੇ। ਸੋ ਇਹਦੇ ਵਾਸਤੇ ਪਿੰਡਾਂ 'ਚ ਪ੍ਰਚਾਰ ਕਰਾਂਗੇ, ਪਿੰਡਾਂ ਦੇ ਵਿੱਚ ਜਿਹੜਾ SKM ਨੇ ਅੱਜ ਇੱਥੇ ਪਾਸ ਕੀਤਾ ਹੈ ਕਿ ਜਿਹੜੀਆਂ ਇਹਨਾਂ ਦੀਆਂ ਇਹ ਮਾੜੀਆਂ ਨੀਤੀਆਂ ਨੇ ਮੁਆਵਜ਼ਾ ਦੇਣ ਦੇ ਸੰਬੰਧ 'ਚ ਵੀ, ਦੇਖੋ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜੇ ਪਟਵਾਰੀ ਹੈ ਨਾ, ਪਟਵਾਰੀ ਦੀ ਡਿਊਟੀ ਹੈ ਖੇਤ ਆਈਡੈਂਟੀਫਾਈ ਕਰਨੇ, ਮਹਿਕਮਾ ਖੇਤੀਬਾੜੀ ਦੀ ਡਿਊਟੀ ਹੈ ਕਿ ਕਿੰਨਾ ਨੁਕਸਾਨ ਹੋਇਆ ਉਹ ਦੱਸਣਾ, ਅਤੇ ਮਹਿਕਮੇ ਖੇਤੀਬਾੜੀ ਨੂੰ ਇਹਨਾਂ ਨੇ ਹਦਾਇਤਾਂ ਕੀਤੀਆਂ ਹੋਈਆਂ ਕਿ ਤੁਸੀਂ 15% ਤੋਂ ਵੱਧ ਨੁਕਸਾਨ ਹੀ ਨਹੀਂ ਦੱਸਣਾ। ਉਹ ਬਹੁਤ ਸਾਰੇ ਇਹਨਾਂ ਦੇ ਜਿਹੜੇ AO ਨੇ ਜਾਂ ਚੀਫ ਨੇ ਉਹ ਰਿਪੋਰਟਾਂ ਦੇ ਚੁੱਕੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਨੁਕਸਾਨ ਹੀ 15% ਹੈ। ਸੋ ਇਹ ਜਿਹੜਾ ਮਤਲਬ ਆਪਣਾ 11.5 ਕਰੋੜ ਰੁਪਈਆ ਭਗਵੰਤ ਮਾਨ ਨੇ ਜਾਰੀ ਕੀਤਾ ਹੈ, ਇਹ ਪੂਰੀ ਜਿਹੜੀ ਡਰਾਮੇਬਾਜ਼ੀ ਹੈ, ਮੈਂ ਤਾਂ ਉਸ ਦਾ ਕਹਿ ਸਕਦਾ ਕਿ ਹਾਲਾਂ ਤਾਂ ਸ਼ਨਾਖਤ ਹੀ ਨਹੀਂ ਹੋਈ। ਸੋ ਇਹਦੇ ਵਿੱਚ ਵੱਡੇ ਜਿਹੜੀਆਂ ਬੇਨਿਜ਼ਮੀਆਂ ਹੋਣ ਦੇ ਖਦਸ਼ੇ ਨੇ, ਚਹੇਤਿਆਂ ਨੂੰ ਜਿਹੜੇ ਆ ਇਹਨਾਂ ਨੇ ਕੋਈ ਥੋੜ੍ਹੇ ਬਹੁਤੇ ਚੈੱਕ ਇਹਨਾਂ ਵਿਸਾਖੀ 'ਤੇ ਵੰਡ ਕੇ, ਅਤੇ ਅਸਲ ਜਿਹੜੇ ਕਿਸਾਨਾਂ ਦਾ 100% ਨੁਕਸਾਨ ਹੋਇਆ ਉਹਨਾਂ ਨੂੰ ਇਹਨਾਂ ਨੇ ਕੁਛ ਨਹੀਂ ਦੇਣਾ। ਸੋ ਸਾਡੀ ਜਿਹੜੀ ਆ ਆਪ ਜੀ ਦੇ ਜ਼ਰੀਏ ਇਹ ਸਰਕਾਰ ਨੂੰ ਬੇਨਤੀ ਹੈ ਕਿ ਖੇਤਾਂ ਦੇ ਵਿੱਚ ਹਾਲਾਂ ਕਣਕ ਖੜ੍ਹੀ ਹੈ, ਸਾਰੇ ਅਧਿਕਾਰੀ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਖੇਤਾਂ ਵਿੱਚ ਖੜ ਕੇ ਅਤੇ ਅਸਲ ਜੋ ਨੁਕਸਾਨ ਹੋਇਆ ਉਹਦਾ ਜਾਇਜ਼ਾ ਲਾ ਕੇ, ਅਤੇ ਔਨਲਾਈਨ ਸਿਸਟਮ ਹੈ, ਕਿਉਂ ਨਹੀਂ ਮੌਕੇ 'ਤੇ ਪੈਸੇ ਦੇ ਦਿੱਤੇ ਜਾਂਦੇ। ਸੋ ਇਹਦੇ ਵਿੱਚ ਜਿਹੜੀ SKM ਕਰਨ ਜਾ ਰਿਹਾ, SKM ਜਿੱਥੇ ਸੰਬੰਧਿਤ ਫੂਡ ਸਪਲਾਈ ਮੰਤਰੀ ਔਰ ਐਗਰੀਕਲਚਰ ਮਿਨਿਸਟਰ ਨੂੰ ਧਰਨਾ ਦੇ ਕੇ ਮੰਗ ਪੱਤਰ ਦੇਣ ਜਾ ਰਿਹਾ, ਉੱਥੇ ਜਿਹੜੇ ਇਹ ਸਾਈਲੋ ਨੇ ਜਿੰਨਾ ਜਿਹੜੀਆਂ ਮਤਲਬ ਹਜ਼ਾਰਾਂ ਲੋਕਾਂ ਦੇ ਰੋਜ਼ਗਾਰ ਅਤੇ ਟਰਾਂਸਪੋਰਟਰਾਂ ਦੇ, ਮਜ਼ਦੂਰਾਂ ਦੇ, ਮੁਨੀਮਾਂ ਦੇ, ਆੜ੍ਹਤੀਆਂ ਦੇ ਔਰ ਕਿਸਾਨਾਂ ਨਾਲ ਵੱਡਾ ਧੋਖਾ ਜਿਨ੍ਹਾਂ ਦੇ ਨਾਲ ਹੋਣਾ,
ਉਹਨਾਂ ਸਾਇਲੋਜ ਦੇ ਏਰੀਏ ਦੇ ਵਿੱਚ ਵੱਡਾ ਪ੍ਰਚਾਰ ਕੀਤਾ ਜਾਵੇਗਾ, ਆਟੋ ਦੇ ਉੱਤੇ ਵੱਡੇ ਹੋਰਡਿੰਗ ਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕਿਸਾਨ ਉਹਨਾਂ ਸਾਇਲੋਜ ਦੇ ਉੱਤੇ ਥੋੜ੍ਹੇ ਜਿਹੇ ਲਾਲਚ ਦੇ ਵਿੱਚ ਆ ਕੇ ਅਤੇ ਕਣਕ ਲੈ ਕੇ ਨਾ ਜਾਣ। ਅਰਜ਼ੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਸਿੱਧੇ ਕਮਿਸ਼ਨ ਦੇ ਲਾਲਚ ਵਿੱਚ ਆ ਕੇ ਅਤੇ ਕਿਤੇ ਸਰਕਾਰ ਦੇ ਨਾਲ ਨਾ ਖੜਨ। ਲਾਇਸੈਂਸ ਰੱਦ ਇਹਨਾਂ ਦੇ ਕਿਸੇ ਦੇ ਨਹੀਂ ਹੁੰਦੇ, ਸਾਰੇ ਦੇ ਸਾਰੇ ਜਿਹੜੇ ਨੇ ਇਹ ਕਿਸਾਨੀ ਹਿੱਤ 'ਚ ਖੜਨ, ਆਪਣੀ ਰੋਜ਼ੀ ਰੋਟੀ ਲਈ ਖੜਨ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹਰੇਕ ਵਰਗ ਦੇ ਨਾਲ ਖੜ੍ਹਾ। ਇਹ ਪੰਜਾਬ ਸਰਕਾਰ ਬਹੁ ਵਰਗ ਪੰਜਾਬੀਆਂ ਦੇ ਮੂੰਹ ਦੇ ਵਿੱਚੋਂ ਨਿਵਾਲਾ ਖੋਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਦੇ ਬਰਦਾਸ਼ਤ ਨਹੀਂ ਕਰੇਗਾ। ਹਾਂ, ਸੋ ਅੱਗੇ ਨਾਲ ਦੀ ਨਾਲ ਹੀ ਪੱਤਰਕਾਰ ਸਾਹਿਬਾਨ ਜੀ, ਉਹ ਜਿਹੜਾ ਇਹਨਾਂ ਨੇ ਪੰਜਾਬ ਦਾ ਮਾਹੌਲ ਅੰਮ੍ਰਿਤਪਾਲ ਦੇ ਬਹਾਨੇ ਇਹਨਾਂ ਨੇ ਖਰਾਬ ਕਰਨ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਬੇਕਸੂਰ ਨੌਜਵਾਨਾਂ ਦੀ ਫੜੋ ਫੜਾਈ ਜਿਹੜੀ ਹੈ ਉਹ ਜਾਰੀ ਹੈ। ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜਾ NSA ਦੇ ਤਹਿਤ ਜਿਹੜਾ ਇਹਨਾਂ ਨੇ ਅੰਦਰ ਕੀਤਾ ਹੋਇਆ, ਅਸੀਂ ਬੇਕਸੂਰ ਨੌਜਵਾਨਾਂ ਦੇ ਲਈ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਨੌਜਵਾਨਾਂ ਦੀ ਫੜੋ ਫੜੀ ਰੋਕੀ ਜਾਵੇ ਔਰ ਅੰਦਰ ਜਿਹੜੇ ਜੇਲ੍ਹੀ ਡੱਕੇ ਨੌਜਵਾਨ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਇਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਅਤੇ ਜਿਹੜੀ ਕਿਸਾਨਾਂ ਦੀ ਜਿਹੜੀ ਇੱਕ ਕੌਮ ਦੀ ਇਮੇਜ ਬਣੀ ਸੀਗੀ, ਇਹ ਉਸ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਇਹ ਉਦੋਂ ਦੀ ਹੀ ਕਰਨ ਦੀ ਤਾਂਘ ਵਿੱਚ ਸੀ ਕੇਂਦਰ ਸਰਕਾਰ, ਜਿਹਨੂੰ ਕਿ ਹੁਣ ਪੰਜਾਬ ਸਰਕਾਰ ਮਾਨ ਸਰਕਾਰ ਦੇ ਨਾਲ ਰਲ ਕੇ ਅਤੇ ਇਹ ਨੇਪਰੇ ਚਾੜ ਰਹੀ ਹੈ। ਔਰ ਉਦੋਂ ਤੋਂ ਹੀ ਜਦੋਂ ਤੋਂ ਕਾਨੂੰਨ ਰੱਦ ਹੋਏ ਸਨ ਉਦੋਂ ਦੀ ਸਰਕਾਰ ਇਹਨਾਂ ਨੂੰ ਟੇਢੇ ਹੱਥ ਕੰਡਿਆਂ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਹਦੇ 'ਚ ਕੇਂਦਰ ਸਰਕਾਰ ਦਾ ਜਿਹੜਾ ਹੱਥ ਠੋਕਾ ਬਣ ਕੇ ਭਗਵੰਤ ਸਿੰਘ ਮਾਨ ਨੇ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ, ਸਾਈਲੋ ਨੂੰ ਸਰਕਾਰੀ ਮੰਡੀ ਘੋਸ਼ਿਤ ਕਰ। ਮੈਂ ਅਗਲੀ ਬੇਨਤੀ ਕਰਾਂਗਾ, ਖੋਸਾ ਸਾਹਿਬ ਰੱਖਣਗੇ ਇੱਕ ਗੱਲ, ਉਹਨਾਂ ਦੇ ਬਾਅਦ ਕੋਟ ਬੁੱਢਾ ਜੀ ਬੋਲਣਗੇ। ਸਾਰੇ ਮੀਡੀਆ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਆ ਕਿਸਾਨ ਭਵਨ ਵਿਖੇ ਰੱਖੀ ਗਈ ਸੀ, ਜਿੱਥੇ ਜਿਹੜੇ ਕਿਸਾਨਾਂ ਪ੍ਰਤੀ ਮੇਜਰ ਇੰਸੀਡੈਂਟ ਸੀਗੇ, ਵਿਚਾਰ ਸੀਗੇ, ਉਹ ਜਾਗਰੂਕ ਕੀਤੇ ਗਏ ਪ੍ਰੈਸ ਰਾਹੀਂ, ਕਿਉਂਕਿ ਪਿਛਲੀ ਕੈਪਟਨ ਦੀ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡਾ ਮਜ਼ਾਕ ਕੀਤਾ ਸੀ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੋਆਪਰੇਟਿਵ ਅਤੇ ਪ੍ਰਾਇਮਰੀ ਸਰਕਾਰੀ ਬੈਂਕ ਦਾ ਜਿਹੜਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀ, ਜਿੱਥੇ ਇਸ ਸਰਕਾਰ ਨੂੰ ਦੂਜਾ ਸਾਲ ਹੋ ਗਿਆ, ਸਾਡੀਆਂ ਮੁੱਖ ਮੰਤਰੀ ਜੀ ਨਾਲ 4-5 ਮੀਟਿੰਗਾਂ ਹੋਈਆਂ ਇਸ ਕਰਜ਼ੇ ਦੀ ਬਾਬਤ, ਪਰ ਉਹਦੀ ਸਰਕਾਰ ਦੇ ਕੋਈ ਵੀ ਕੰਨ 'ਤੇ ਜੂ ਨਹੀਂ ਸਰਕੀ, ਕਿਉਂਕਿ ਅੱਜ ਜਿਹੜੀ ਕੁਦਰਤ ਦੀ ਕਰੋਪੀ ਆ, ਜਿੱਥੇ ਪਿਛਲੇ ਝੋਨੇ ਦਾ ਅਤੇ ਨਰਮੇ ਦਾ ਨਕਲੀ ਬੀਜ ਅਤੇ ਸੁੰਡੀ ਦੇ ਨਾਲ ਅਤੇ ਤੇਲੇ ਨਾਲ ਇੰਨਾ ਨਾਸ਼ ਹੋ ਗਿਆ, ਉਹ ਹਲੇ ਇੱਕ ਪੈਸਾ ਵੀ ਕਿਸਾਨਾਂ ਦੇ ਖਾਤੇ 'ਤੇ ਨਹੀਂ ਗਿਆ। ਜਿੱਥੇ ਅੱਜ ਕਣਕ ਦਾ ਬਹੁਤ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਜਿਹੜੀ ਗਿਰਦਾਵਰੀ ਆ ਹਲੇ ਤਾਂ ਉਹ ਪੂਰੀ ਹੋਈ ਨਹੀਂ ਗੀ, ਜਿੱਥੇ ਕਿਸਾਨਾਂ ਦੇ ਜਿਹੜੇ ਵਾਅਦੇ ਸੀਗੇ ਹਲੇ ਉਹ ਜਿਹੜੀ ਸਰਕਾਰ ਆ ਅੱਖੋਂ ਪਰੋਖੇ ਕਰਕੇ ਰੱਖ ਰਹੀ ਆ। ਅਸੀਂ ਸਰਕਾਰ ਨੂੰ ਮਾਧਿਅਮ ਰਾਹੀਂ ਮੀਡੀਆ ਦੇ ਰਾਹੀਂ ਦੱਸਣਾ ਚਾਹੁੰਦੇ ਹਾਂ, ਜੇਕਰ ਇਹ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 21 ਤਰੀਕ ਨੂੰ ਮੀਟਿੰਗ ਕਰਕੇ ਬਹੁਤ ਵੱਡੇ ਸੰਘਰਸ਼ ਜਿਹੜਾ ਸਾਡਾ ਜਲੰਧਰ ਜਾਂ ਚੰਡੀਗੜ੍ਹ ਵਿੱਢਿਆ ਜਾਊਗਾ, ਤਾਂ ਜੋ ਕਿ ਸਰਕਾਰ ਜਿਹੜੀ ਸੁੱਤੀ ਪਈ ਆ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾਈ ਜਾਊ। ਹੁਣ ਮੈਂ ਬੇਨਤੀ ਕਰਾਂ ਇੰਦਰਜੀਤ ਕੋਟਬੁੱਢਾ ਜੀ ਗੱਲ ਰੱਖਣ। ਸਾਥੀਓ, ਵੱਖ ਵੱਖ ਬੁਲਾਰਿਆਂ ਨੇ ਤੁਹਾਨੂੰ ਸਾਰੀ ਜਾਣਕਾਰੀ ਦੇ ਹੀ ਦਿੱਤੀ ਆ, ਉਹਦੇ ਨਾਲ ਕੁਝ ਸਾਡੀਆਂ ਮੰਗਾਂ ਜੁੜੀਆਂ ਹੋਈਆਂ, ਜਿਵੇਂ ਦੁੱਧ ਦਾ ਮਸਲਾ ਵਾ ਕਿ ਬਹੁਤ ਵੱਡੇ ਪੱਧਰ 'ਤੇ 2 ਨੰਬਰ ਦੀਆਂ ਵਸਤੂਆਂ ਬਣਾ ਕੇ ਔਰ ਬੁਰੀ ਤਰ੍ਹਾਂ ਜਨਤਕ ਲੋਕਾਂ ਦਾ, ਬੱਚਿਆਂ ਦਾ ਬੁਰਾ ਹਾਲ ਕੀਤਾ ਜਾ ਰਿਹਾ ਵਾ। ਦੁੱਧ ਜਿਹੜਾ ਵਾ ਉਹ ਦੇਸ਼ਾਂ ਵਿਦੇਸ਼ਾਂ ਨੂੰ ਕੈਮੀਕਲ ਆ ਜਿਹੜਾ ਉਹਨਾਂ ਨੇ ਨੇੜੇ ਕੀਤਾ ਹੋਇਆ,
ਔਰ ਉਹਦੇ 'ਤੇ ਅਸੀਂ ਇਹ ਸਾਰੀਆਂ ਚੀਜ਼ਾਂ ਬੰਦ ਕਰਕੇ ਜਿਹੜਾ ਡੁਪਲੀਕੇਟ ਮਠਿਆਈਆਂ ਬਣਦੀਆਂ ਸਾਰਾ ਕੁਛ, ਔਰ ਜਿਹੜਾ ਪੰਜਾਬ ਦੇ ਅੰਦਰ ਜਾਂ ਹੋਰ ਵੀ ਵੱਖ ਵੱਖ ਰਾਜਾਂ ਦੇ ਵਿੱਚ ਆ, ਇਹਦਾ ਦੁੱਧ ਤਾਂ ਘੱਟੋ ਘੱਟ ਵੀ ਪੰਜਾਬ ਨੂੰ ਪ੍ਰਤੀ ਪੁਆਇੰਟ ਦੇ ਹਿਸਾਬ ਨਾਲ 10 ਰੁਪਈਏ ਦਿੱਤਾ ਜਾਵੇ। ਔਰ ਉਹਦੇ ਨਾਲ ਜਿਹੜੀ ਆਗੂਆਂ ਨੇ ਗੱਲ ਰੱਖੀ ਆ ਕਿ 11,50,00,000 ਦੀ, ਉਹ ਮੈਨੂੰ ਇੰਝ ਸਮਝਦਾਰੀ ਆਉਂਦੀ ਆ ਕਿ ਇੱਕ ਏਕੜ ਨੂੰ 90 ਤੋਂ 95 ਪੈਸੇ ਰੁਪਈਏ ਸਾਰਾ ਮੁਆਵਜ਼ਾ ਆਉਂਦਾ, 90 ਤੋਂ 95 ਪੈਸੇ, ਯਾਨੀ ਕਿ 1 ਰੁਪਈਆ ਵੀ ਪੂਰਾ ਨਹੀਂ ਬਣਦਾ। ਇਹ ਇੱਕ ਕਿਸਾਨਾਂ ਨਾਲ ਮਜ਼ਾਕ ਵਾਲੀ ਗੱਲ ਆ ਕਿ ਡਰਾਮੇਬਾਜ਼ੀ ਵਾਲੀ ਗੱਲ। ਇੱਕ ਤਾਂ ਕਿਸਾਨ ਵੱਡੇ ਪੱਧਰ 'ਤੇ ਕੁਚਲਿਆ ਪਿਆ, ਦੂਸਰੇ ਪਾਸੇ ਕਿਸੇ ਨੂੰ 1 ਰੁਪਈਏ ਦਾ ਜਾਂ 90 ਪੈਸੇ ਦਾ ਝਾਂਸਾ ਦੇ ਕੇ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਨਾ, ਇਹ ਬੜੀ ਘਾਟੇ ਬੜੀ ਘਾਤਕ ਗੱਲ ਆ। ਔਰ ਪਿਛਲੇ ਸਾਲ ਵੀ 2022 ਦੇ ਵਿੱਚ ਜਲੰਧਰ ਏਰੀਆ ਜਾਂ ਹੋਰ ਵੱਖ ਵੱਖ ਏਰੀਏ ਲੱਗਦੇ ਆ, ਉਹਦੇ ਜਾਂ ਆਲੂਆਂ ਨੂੰ ਬਹੁਤ ਜ਼ਿਆਦਾ ਬਾਰਿਸ਼ਾਂ ਦੇ ਕਾਰਨ, ਝੋਨੇ ਨੂੰ, ਬਾਸਮਤੀ ਨੂੰ, ਦਰਿਆਵਾਂ ਦੇ ਨਾਲ ਨਾਲ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਸਰਕਾਰ ਨੇ ਮੰਨਿਆ ਉਹ ਵੀ ਜਿਹੜਾ ਵਾ ਉਹ ਸਰਕਾਰ ਨੇ ਪਿੱਛੇ ਨੇ ਪੇ ਕੀਤਾ ਮੁਆਵਜ਼ਾ। ਔਰ ਹੁਣ ਵੀ ਜਿਹੜੇ ਆਲੂ ਆ ਕੋਰੇ ਦੇ ਨਾਲ ਹੋਰ ਸਬਜ਼ੀਆਂ ਜਿਹੜੀਆਂ ਵਾ 50% ਜਿਹੜੀਆਂ ਉਹ ਖਤਮ ਹੋ ਚੁੱਕੀਆਂ ਵਾ, ਉਹ ਵੀ ਸਾਡੀ ਮੰਗ ਆ ਕਿ ਉਹਨਾਂ ਦੀ ਜਿਹੜੀ ਆ 100% ਪੂਰਤੀ ਕੀਤੀ ਜਾਵੇ। ਔਰ ਜਿਹੜੀਆਂ ਸਾਡੀਆਂ ਮੰਗਾਂ ਪਿਛਲੀਆਂ ਸਰਕਾਰ ਨੇ ਮੰਨੀਆਂ ਜਾਂ ਦਲਿਆਲ ਸਾਹਿਬ ਨੇ ਦੱਸੀਆਂ ਵਾ, ਉਹ ਅਸੀਂ ਵੱਡੇ ਪੱਧਰ 'ਤੇ ਵੱਖ ਵੱਖ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਕੇ ਔਰ ਵੱਡਾ ਘੇਰਾ ਬਣਾ ਕੇ ਅਸੀਂ 21 ਤਰੀਕ ਨੂੰ ਇਸੇ ਜਗ੍ਹਾ 'ਤੇ ਮੀਟਿੰਗ ਕਰਕੇ ਔਰ ਉਹਦਾ ਵੱਡਾ ਐਲਾਨ ਜਿਹੜਾ ਸਖ਼ਤ ਕਰਾਂਗੇ ਕਿ ਜਿਹੜਾ ਪੰਜਾਬ ਸਰਕਾਰ ਨੂੰ ਇਹ ਜਵਾਬ ਦੇਣਾ ਪਊਗਾ ਕਿ ਕਿਹੜੀ ਗੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਧੰਨਵਾਦ। ਇੱਕ ਮਿੰਟ ਜੀ ਬਸ ਇੱਕ ਮਿੰਟ ਜਿਹੜਾ ਧੰਨਵਾਦ ਜੀ ਸਾਰਿਆਂ ਦਾ ਬਹੁਤ। ਸਵਾਲ ਲੈ ਲਓ। ਸਵਾਲ ਹਾਂਜੀ, ਹਾਂ 21 ਤਰੀਕ ਦੀ ਡੇਟ 21 ਅਪ੍ਰੈਲ, ਫਿਰ ਨੋਟ ਕਰ ਲਿਓ। ਇਸੇ ਜਗ੍ਹਾ ਦੇ ਉੱਤੇ ਅਸੀਂ ਜਿਹੜੀਆਂ ਪੁਰਾਣੀਆਂ ਮੰਗਾਂ ਨੂੰ ਲੈ ਕੇ, ਇੱਕ ਗੱਲ ਧਿਆਨ ਦੇ ਵਿੱਚ ਹੋਰ ਪਾ ਲਿਓ, ਜਿਸ ਦਿਨ ਸਾਨੂੰ ਸਾਡਾ ਮਰਨ ਵਰਤ ਤੜਵਾਇਆ ਹੈ ਉਸ ਦਿਨ ਸਰਕਾਰ ਨਾਲ ਸਾਡੀ ਕਮਿਟਮੈਂਟ ਸੀਗੀ ਕਿ ਅਗਰ ਤੁਸੀਂ 31 ਮਾਰਚ ਤੱਕ ਸਾਡੀਆਂ ਮੰਗਾਂ ਨੂੰ ਲਾਗੂ ਕਰ ਦਿੰਦੇ ਜੀ ਤਾਂ ਸਾਡਾ ਇਹ ਮੰਗ ਪੱਤਰ ਸਟੈਂਡ ਕਰਦਾ ਹੈ। ਅਗਰ 31 ਤੋਂ ਅਗਾਂਹ ਜਾਏਗਾ ਤਾਂ ਫਿਰ ਇਹਦੇ ਵਿੱਚ ਹੋਰ ਮੰਗਾਂ ਜਿਹੜੀਆਂ ਹਾਲਾਤਾਂ ਦੇ ਮੁਤਾਬਕ, ਸਮੇਂ ਦੇ ਮੁਤਾਬਕ ਇਸ ਮੰਗ ਪੱਤਰ ਦੇ ਵਿੱਚ ਆ ਸਕਦੀਆਂ ਨੇ, ਫਿਰ ਸਾਡੀ ਲੜਾਈ ਉਹਨਾਂ 'ਤੇ ਵੀ ਹੋਏਗੀ। ਉਹਦੇ ਵਿੱਚੋਂ ਹੁਣ ਆ ਤੁਹਾਡੇ ਸਾਹਮਣੇ ਕੁਛ ਮੰਗਾਂ ਆਈਆਂ ਨੇ, ਜਿਵੇਂ ਆਲੂਆਂ ਦੀ ਦੱਸ ਕੇ ਗਏ ਨੇ ਕੋਟ ਬੁੱਢਾ ਜੀ, ਇਕੱਲੀ ਗਰਦੌਰੀ ਕਣਕ ਦੀ ਨਹੀਂ ਲੋੜ ਆ, ਗਰਦੌਰੀ ਆਲੂ ਗਾਲੀ ਗਏ। ਪਹਿਲਾਂ ਆਲੂਆਂ ਨੂੰ ਤੁਹਾਡੇ ਸਾਹਮਣੇ ਕੋਰੇ ਨੇ ਮਾਰਿਆ ਅਤੇ ਰਹਿੰਦਾ ਜਿਹੜੇ ਰਹਿ ਗਏ ਸੀ ਉਹ ਫਸਲ ਬਾਰਿਸ਼ਾਂ ਨੇ ਦੱਬ ਕੇ ਮਾਰਤੀ, ਉਹ ਵੀ ਵਿੱਚ ਨੇ। ਸੋ ਇਸ ਕਰਕੇ ਜਿਹੜੀਆਂ ਬਾਕੀ ਮੰਗਾਂ ਨੇ ਨਾ ਉਹਨੂੰ ਇਹਦੇ ਵਿੱਚ ਮਤਲਬ ਅਸੀਂ ਉਸ ਦਿਨ ਮਤਲਬ 21 ਤਰੀਕ ਨੂੰ ਦੁਬਾਰਾ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਐਲਾਨ ਕਰਾਂਗੇ। ਹੋਰ ਸਵਾਲ? ਦੇਖੋ ਗੱਲ ਇਹ ਹੈ, ਮੈਂ ਤੁਹਾਡੇ ਸਵਾਲ ਬੜਾ ਚੰਗਾ ਹੈ ਪਰ ਗੱਲ ਇਹ ਨਾ SKM ਹੈ, ਜੇ ਇੱਕ ਬੰਦੇ ਨੇ ਪ੍ਰੋਗਰਾਮ ਦੇਣਾ ਹੋਵੇ ਤਾਂ ਉਹਦੀ ਵੱਖਰੀ ਸੋਚ ਹੋ ਸਕਦੀ ਹੈ। SKM ਸੁਖਨਾ ਲੇਡਾ ਸਾਡਾ ਵੱਡਾ ਪਰਿਵਾਰ ਹੈ, ਹਰ ਇੱਕ ਨੇ ਵਾਚ ਕੇ ਵਿਚਾਰ ਕੇ ਰੱਖਿਆ ਕਿ ਇਹਨੂੰ ਕਿੱਥੇ ਰੱਖਣਾ ਵਾਜਬ ਸਮਝਦੇ ਹਾਂ, ਉਹ ਸਾਰਿਆਂ ਨੇ ਸੋਚ ਕੇ ਰੱਖਿਆ। ਇੱਥੇ ਇਸ ਵੇਲੇ ਸਾਡੇ ਨਾਲ 15 ਜਥੇਬੰਦੀਆਂ ਐਕਟਿਵ ਕੰਮ ਕਰਦੀਆਂ ਔਰ 15 ਜਥੇਬੰਦੀਆਂ ਜਿਹੜੀਆਂ ਉਹ ਤੁਹਾਡੇ ਨਾਲ ਇੱਥੇ ਵੀ ਹਾਜ਼ਰ ਨੇ।
ਜਦੋਂ ਤੁਸੀਂ ਮੋਰਚਾ ਚੰਡੀਗੜ੍ਹ ਤੋਂ ਚੱਕਿਆ ਸੀ, ਜੋ ਭਰੋਸਾ ਦਿੱਤਾ ਸੀ ਮੁੱਖ ਮੰਤਰੀ ਸਾਹਿਬ, ਤੁਸੀਂ ਦਿੱਤੀ ਤੁਸੀਂ ਰਿਹਾ ਸੀ ਭਰੋਸਾ? ਦੇਖੋ, ਅਸੀਂ ਇਹ ਸਮਝਦੇ ਹਾਂ ਕਿ ਤੁਹਾਡੇ ਨਾਲੋਂ ਵੱਡਾ, ਜਦੋਂ ਤੁਹਾਡੇ ਇਹਨਾਂ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਗੱਲਾਂ, ਤਾਂ ਫਿਰ ਇੱਦੂ ਵੱਡਾ ਸਬੂਤ ਹੋਰ ਕੀ ਚੀਜ਼ ਚਾਹੀਦੀ ਹੈ? ਜੇ ਆਪਾਂ ਲਿਖਤੀ ਦੀ ਗੱਲ ਕਰੀਏ, ਤੁਹਾਨੂੰ ਯਾਦ ਹੋਏਗਾ, ਸ਼ਾਇਦ ਨਾ ਯਾਦ ਹੋਵੇ, ਮੈਂ ਯਾਦ ਕਰਾ ਦਿਆਂ। ਦੇਸ਼ ਦੇ ਪ੍ਰਧਾਨ ਮੰਤਰੀ ਨੇ 28 ਮਾਰਚ 2018 ਨੂੰ ਇੱਕ ਰਿਟਰਨ ਦੇ ਵਿੱਚ ਦਿੱਤਾ ਕਿ ਅਸੀਂ ਵਿਦਇਨ 3 ਮੰਥ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਿਆਂਗੇ। ਰਿਟਰਨ ਚਾਹ ਮੇਰੇ ਕੋਲ ਕਾਗਜ਼ ਪਿਆ, ਲੇਕਿਨ ਉਸ ਤੋਂ ਬਾਅਦ ਫਿਰ ਮੁੱਕਰ ਗਏ। ਤੋ ਆਹ ਜਿਹੜਾ ਤੁਹਾਡੇ ਸਾਹਮਣੇ ਇੰਨੇ ਸਾਰੇ ਚੈਨਲਾਂ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਹੈ ਕਿ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਤਾਂ ਉਹ ਅੰਦਰ ਮੰਨੀਆਂ ਤਾਂ ਹੀ ਤੁਹਾਡੇ ਸਾਹਮਣੇ ਕਹੀਆਂ ਆ ਕੇ। ਅਤੇ ਜੇ ਇਹਨਾਂ ਐਡੇ ਵੱਡੇ ਸਬੂਤਾਂ 'ਚੋਂ ਭੱਜ ਸਕਦੇ ਨੇ, ਜਿਹੜਾ ਤੁਸੀਂ ਤਾਂ ਸਾਰੀ ਦੁਨੀਆਂ ਨੂੰ ਨਸ਼ਰ ਕਰਤਾ, ਲਿਖਿਆ ਤਾਂ ਮੇਰੇ ਸਾਡੀ ਕੱਲਿਆਂ ਦੇ ਕੋਲ ਆਊਗਾ, ਉਹ ਤਾਂ ਤੁਸੀਂ ਤਾਂ ਸਾਰੀ ਦੁਨੀਆਂ ਨੂੰ ਸੁਣਾਇਆ ਨਾ ਕਿ ਮੁੱਖ ਮੰਤਰੀ ਮੰਗ ਮੰਨ ਚੁੱਕਿਆ। ਅਤੇ ਫਿਰ ਵੀ ਜੇ ਮੁੱਕਰਦੇ ਨੇ, ਤਾਂ ਫਿਰ ਉਹਦਾ ਹੱਲ ਆ ਜਿਹੜਾ ਅਸੀਂ ਦੁਬਾਰਾ ਅੰਦੋਲਨ ਦੀ ਤਿਆਰੀ ਕਰ ਰਹੇ ਕਰਾਂਗੇ। ਦੇਖੋ, ਭਗਵੰਤ ਮਾਨ ਜੀ ਨੇ ਇੱਕ ਵਾਰੀ ਇਹ ਕਹਿਤੀ ਗੱਲ ਜਿੱਦੇ ਅਸੀਂ ਪਿੱਛੇ ਬੈਠੇ ਸੀਗੇ ਨਵੰਬਰ 'ਚ, ਉਹ ਕਹਿੰਦਾ ਜੇ ਮੀਟਿੰਗ ਲੈਣੀ ਹੈ ਤਾਂ ਵੀ ਇਹ ਧਰਨਾ ਦਿੰਦੇ ਨੇ। ਗੱਲ ਸਮਝ ਲਿਓ, ਸਾਡੇ ਨਾਲ ਕਮਿਟਮੈਂਟ ਉਦੋਂ ਵੀ ਕੀਤੀ ਸੀ ਵੀ ਹਰ ਮਹੀਨੇ ਮੀਟਿੰਗ ਕਰਿਆ ਕਰਾਂਗੇ। ਸਾਡੇ ਨਾਲ ਮੀਟਿੰਗ ਦਾ ਵਧੇ ਵਾਸਤੇ ਤੈਅ ਕੀਤਾ ਸੀਗਾ ਕਿ ਜਿਹੜੀ ਗੰਨੇ ਦੀ ਲੇਟ ਪੜਾਈ ਸ਼ੁਰੂ ਹੋਣ ਨਾਲ ਕਿਸਾਨਾਂ ਦਾ ਜਿਹੜਾ ਲੌਸ ਹੋਇਆ ਹੈ, ਗੰਨੇ ਦਾ ਵੇਟ ਘਟਣ ਕਰਕੇ ਲੌਸ ਹੋਏਗਾ, ਉਹਨੂੰ ਅੰਕਾਂਗੇ ਤੁਹਾਡੇ ਨਾਲ। ਮਤਲਬ ਐਕਸਪਰਟ ਬੈਠਣਗੇ, ਕਿਸਾਨ ਬੈਠਣਗੇ, ਸਰਕਾਰ ਬੈਠੇਗੀ। ਅੱਜ ਤੱਕ ਨਹੀਂ ਬੈਠੀ ਸਰਕਾਰ ਸਾਡੇ ਨਾਲ, ਇੱਦੂ ਵੀ ਗਾਂ ਫਿਰ ਰੱਖਿਆ। ਸਾਡੇ ਨਾਲ 16 ਤਰੀਕ ਦੀ ਮੀਟਿੰਗ ਰੱਖਦੀ ਸੀ ਜਲੰਧਰ ਦੇ ਵਿੱਚ ਖੇਤੀਬਾੜੀ ਮੰਤਰੀ ਜੀ ਨੇ, ਅਸੀਂ ਜਲੰਧਰ 'ਚ ਗਏ। ਸਾਡੇ ਨਾਲ 2 ਮੀਟਿੰਗਾਂ ਉੱਥੇ ਤੈਅ ਹੋਈਆਂ ਸੀ, ਇੱਕ ਤਾਂ ਵੈਟਨਰੀ ਇੰਸਪੈਕਟਰਾਂ ਦੀ ਮੀਟਿੰਗ, ਇੱਕ ਬਿਜਲੀ ਦੇ ਸੰਬੰਧ 'ਚ ਮੀਟਿੰਗ, ਇੱਕ ਨਾਲ ਇਹੀ ਮੀਟਿੰਗ ਕਿ ਜਿਹੜਾ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਗੰਨੇ ਦਾ, ਅੱਜ ਤੱਕ ਉਹਦੇ 'ਤੇ ਨਹੀਂ ਲੜ ਕੇ ਦੁਬਾਰਾ ਇਹ ਕਹਿ ਕੇ ਵੀ ਦੁਬਾਰਾ ਆ ਰਹੇ ਹਾਂ, ਫਿਰ ਸਾਨੂੰ ਮੀਟਿੰਗ ਮਿਲੀ। ਸਰਕਾਰਾਂ ਦੀ ਟਾਲ ਮਟੋਲੀ ਦੀ ਜਿਹੜੀ ਨੀਅਤ ਹੈ, ਨੀਤੀ ਹੈ, ਉਹਦੇ 'ਤੇ ਕੰਮ ਕਰ ਰਹੀ ਹੈ ਸਰਕਾਰ ਜੀ। ਕੋਈ ਮੀਟਿੰਗਾਂ ਦੇ ਐਲਾਨ ਹੋਰ ਕਰਦੀ ਹੈ ਅਤੇ ਅਮਲ ਦੇ ਵਿੱਚ ਆ ਜਿਹੜਾ ਉਹ ਤੁਹਾਡੇ ਸਾਹਮਣੇ ਹੈ। ਕਿ ਤੁਹਾਡੇ ਸਾਹਮਣੇ ਸਾਰਿਆਂ ਨੂੰ ਇਹ ਕਿਹਾ ਮਾਨਯੋਗ ਮੁੱਖ ਮੰਤਰੀ ਜੀ ਨੇ ਕਿ ਸਾਰੀਆਂ ਮੰਗਾਂ ਮੰਨ ਲਈਆਂ ਜੀ, ਲੇਕਿਨ ਗਰਾਊਂਡ ਲੈਵਲ ਦੇ ਉੱਤੇ ਕੋਈ ਮੰਗ ਨਹੀਂ ਮੰਨੀ ਗਈ। ਹਾਂ, ਦੇਖੋ ਬੜੀ ਇੰਪੋਰਟੈਂਟ ਸਵਾਲ ਹੈ ਇਹ। ਮੈਂ ਸਮਝਦਾ ਕਿ ਜਿਹੜੇ ਕਾਨੂੰਨਾਂ ਦੇ ਖਿਲਾਫ ਆਪਾਂ ਲੜ ਕੇ ਆਏ ਹਾਂ, ਉਹ ਕਾਨੂੰਨ ਇਨਡਾਇਰੈਕਟ ਵੇ ਦੇ ਨਾਲ ਅੱਜ ਇੱਥੇ ਲਾਗੂ ਕੀਤੇ ਜਾ ਰਹੇ ਨੇ। ਲੜਾਈ ਉੱਥੇ ਵੀ ਸਾਡੀ ਇਹ ਸੀਗੀ ਕਿ ਸਾਡੀ ਫਸਲ ਵਿਕੇ, ਪ੍ਰਾਈਵੇਟ ਪਲੇਅਰ ਖਰੀਦਣ, ਕੋਈ ਦਿੱਕਤ ਨਹੀਂ, ਮੰਡੀ 'ਚੋਂ ਖਰੀਦਣ, ਸਾਡੀ ਮੰਡੀ ਵੀ ਜਿਉਂਦੀ ਰਹੇ, ਸਾਡਾ ਆੜ੍ਹਤੀਆ ਵੀ ਜਿਉਂਦਾ ਰਹੇ, ਸਾਡਾ ਵਪਾਰੀ ਵੀ ਜਿਉਂਦਾ ਰਹੇ, ਸਾਡਾ ਮਜ਼ਦੂਰ ਵੀ ਜਿਉਂਦਾ ਰਹੇ, ਸਾਡਾ ਮੰਡੀ ਸਿਸਟਮ ਵੀ ਜਿਉਂਦਾ ਰਹੇ, ਇਹਦੇ 'ਤੇ ਸੀ ਗੱਲ। ਲੇਕਿਨ ਅੱਜ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਸੈਲੋਜ ਨੂੰ ਮੰਡੀ ਬਣਾ ਦੇਣਾ, ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ 36 ਮੰਡੀਆਂ ਜੇ ਇੱਕ ਸੈਲੋ ਬੰਦ ਕਰ ਸਕਦਾ ਹੈ ਤਾਂ ਅੱਜ 8 ਚੱਲਣਗੇ, ਤਾਂ ਕਿੰਨੀਆਂ ਮੰਡੀਆਂ ਬੰਦ ਹੋਣਗੀਆਂ? ਤੋ ਇਹ ਇੱਕ ਸਰਕਾਰ ਦੀ ਉਹੀ ਸਾਜਿਸ਼ ਹੈ, ਉਹੀ ਤਰੀਕਾ ਹੈ ਕਿ ਇਨਡਾਇਰੈਕਟ ਢੰਗ ਦੇ ਨਾਲ ਉਹਨਾਂ ਕਾਨੂੰਨਾਂ ਨੂੰ ਇੱਥੇ ਲਾਗੂ ਕਰਵਾਇਆ ਜਾ ਰਿਹਾ, ਔਰ ਸੈਂਟਰ ਦੇ ਦਬਾਅ ਥੱਲੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਉਹ ਕੁਛ ਕਰ ਰਹੇ ਨੇ। ਹੁਣ ਕਿਹੜਾ ਭਰੋਸਾ ਲੈ ਕੇ ਉੱਠੋਗੇ ਜੇ ਮੋਰਚਾ ਲਗਾ ਲਓਗੇ?
ਦੇਖੋ ਭਰੋਸਿਆਂ ਨਾਲ ਤਾਂ ਹੁਣ ਕਿੰਨੇ ਕੁ ਚਿਰ ਭਰੋਸਾ ਲਈ ਚੱਲਾਂਗੇ ਜੀ, ਹਰ ਵਾਰੀ ਤਾਂ ਭਰੋਸੇ ਨਾਲ ਨਹੀਂ ਗੱਲ ਉੱਠਦੀ। ਭਰੋਸਾ ਪਤਾ ਲੱਗ ਗਿਆ ਲੋਕਾਂ ਨੂੰ, ਅਸੀਂ ਇੱਦੋਂ ਵੱਡੀ ਹੋਰ ਕੀ ਕਰ ਸਕਦੇ ਹਾਂ। ਅਸੀਂ ਇਹਨਾਂ ਦੀ ਹਰ ਗੱਲ ਦੇ ਨਾਲ ਅੱਜ ਤੀਕਰ ਸਾਨੂੰ ਕਹਿੰਦੇ ਸੀ ਸਾਨੂੰ ਟਾਈਮ ਦਿਓ ਜੀ, ਸਰਕਾਰ ਨਵੀਂ ਨਵੀਂ ਬਣੀ ਹੈ, ਹੁਣੇ ਹੁਣੇ ਬਣੀ ਹੈ, ਇਹ ਕਹਿ ਰਹੇ ਸੀ। ਲੇਕਿਨ ਸਾਲ ਲੰਘ ਗਿਆ ਜੀ, ਸਾਲ ਤੋਂ ਉੱਪਰ ਟਾਈਮ ਲੰਘ ਗਿਆ। ਸਰਕਾਰ ਆਪਦੀ ਇੱਕ ਮੈਂ ਸਮਝਦਾ ਲੋਕਾਂ ਨਾਲ ਟਾਲ ਮਟੋਲ ਦੀ ਨੀਤੀ, ਲੋਕਾਂ ਨੂੰ ਦੇ ਨਾਲ ਲੂੰਬੜ ਪੂਛ ਦੇ ਉੱਤੇ ਖੜਾਉਣ ਦੀ ਨੀਅਤ ਨਾਲ ਸਰਕਾਰ ਚੱਲ ਰਹੀ ਹੈ, ਪਰ ਹੁਣ ਲੋਕ ਮਤਲਬ ਜ਼ਿਆਦਾ ਚਿਰ ਇਹ ਗੱਲ ਦੇ ਉੱਤੇ ਭਰੋਸੇ 'ਚ ਨਹੀਂ ਖੜਨਗੇ। ਦੇਖੋ ਸਾਡਾ ਰਾਜਨੀਤੀ ਕਰਨਾ ਤਾਂ ਸਾਡਾ ਕੋਈ ਇਸ਼ੂ ਨਹੀਂ ਹੈ ਕਿ ਅਸੀਂ ਰਾਜਨੀਤੀ ਕਰਨੀ ਹੈ, ਪਰ ਇਹ ਜ਼ਰੂਰ ਹੈ ਕਿ ਜਿਹੜਾ ਸਾਡੀਆਂ ਮੰਗਾਂ ਤੋਂ ਭੱਜ ਰਿਹਾ ਹੈ ਉਹਦੀ ਖਾਤਰ ਹੋ ਸਕਦਾ ਸਾਡਾ ਸਾਰਿਆਂ ਦਾ ਫੈਸਲਾ ਹੋ ਜਾਵੇ ਕਿ ਮੋਰਚਾ ਜਲੰਧਰ ਚਲਾਉਣ ਦੀ ਲੋੜ ਪਈ ਤਾਂ ਜਲੰਧਰ ਚਲਾ ਦੇਵਾਂਗੇ।